ਹੈਲੋ ਐਵਰੀਵਨ, ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਅੱਜ ਬਹੁਤ ਦਿਨਾਂ ਬਾਅਦ ਆਪਾਂ ਇੱਕ ਪੰਜਾਬੀ ਗਾਣਾ ਕਰਨ ਜਾ ਰਹੇ ਹਾਂ, ਕਮਲ ਖਾਨ ਜੀ ਦਾ ਗਾਇਆ ਹੋਇਆ ਸਾਰੇ ਗਾਮਾ ਪਾ ਦੇ ਵਿੱਚ, ਸੋਹਣੀ ਲੱਗਦੀ ਉਸ ਸਟਾਈਲ ਦੇ ਵਿੱਚ ਆਪਾਂ ਕਰਾਂਗੇ। ਓਰਿਜਨਲੀ ਇਹ ਗਾਣਾ ਜੋ ਹੈ ਉਹ ਸਾਜਿਦ ਅਲੀ ਸਾਹਿਬ ਨੇ ਗਾਇਆ, ਪਰ ਆਪਾਂ ਇਸ ਗਾਣੇ ਨੂੰ ਜੋ ਹੈ ਕਮਲ ਖਾਨ ਸਟਾਈਲ ਦੇ ਵਿੱਚ, ਕਿਉਂਕਿ ਉਹਨਾਂ ਨੇ ਪਹਿਲਾਂ ਇੱਕ ਬਹੁਤ ਹੀ ਅੱਛਾ ਸ਼ੇਅਰ ਵੀ ਬੋਲਿਆ ਗਾਣੇ ਤੋਂ, ਆਪਾਂ ਉਹ ਵੀ ਸਿੱਖਾਂਗੇ ਨਾਲ ਨਾਲ। ਓਰਿਜਨਲੀ ਇਹ ਗਾਣਾ ਜੋ ਹੈ ਉਹ ਸੀ ਮਾਈਨਰ ਸਕੇਲ 'ਤੇ ਹੈ, ਅਤੇ ਆਪਾਂ ਇਸ ਗਾਣੇ ਨੂੰ ਜੋ ਹੈ ਇੱਕ ਫੁੱਲ ਨੋਟ ਥੱਲੇ ਯਾਨੀ ਕਿ ਏ ਮਾਈਨਰ ਸਕੇਲ ਤੋਂ ਸਿੱਖਾਂਗੇ। ਅਤੇ ਮੈਂ ਚਾਹੁੰਦਾ ਕਿ ਇਸ ਤੋਂ ਪਹਿਲਾਂ ਜਿਹੜੀ ਇੱਕ ਵੀਡੀਓ ਮੈਂ ਪਾਈ ਸੀ ਕਿ ਥਾਟ ਕੀ ਹੁੰਦੇ ਨੇ, ਕਿਹੜੇ ਕਿਹੜੇ ਕੋਂਬੀਨੇਸ਼ਨ ਨਾਲ ਕਿਹੜਾ ਕਿਹੜਾ ਥਾਟ ਬਣਦਾ, ਅਤੇ ਤੁਸੀਂ ਇਹ ਗਾਣਾ ਸਿੱਖੋ ਔਰ ਉਸ ਤੋਂ ਬਾਅਦ ਥੱਲੇ ਕਮੈਂਟਸ ਦੇ ਵਿੱਚ ਮੈਨੂੰ ਜ਼ਰੂਰ ਦੱਸੋ ਕਿ ਕਿਹੜਾ ਥਾਟ ਹੈ ਜੋ ਇਸ ਗਾਣੇ ਦੇ ਵਿੱਚ ਯੂਜ਼ ਹੋਇਆ। ਰਾਗ ਚਾਹੇ ਨਾ ਦੱਸਿਓ, ਜੇ ਦੱਸਣਾ ਤਾਂ ਉਹ ਵੀ ਦੱਸ ਦਿਓ, ਖੈਰ, ਪਰ ਥਾਟ ਜ਼ਰੂਰ ਦੱਸਿਓ ਕਿ ਕਿਹੜਾ ਥਾਟ ਹੈ ਇਸ ਗਾਣੇ ਦੇ ਵਿੱਚ। ਤਾਂ ਮੈਂ ਵੇਟ ਕਰੂੰਗਾ ਤੁਹਾਡੇ ਕਮੈਂਟਸ ਦੀ, ਅਤੇ ਆਓ ਜੀ ਹੁਣ ਸ਼ੁਰੂ ਕਰਦੇ ਹਾਂ ਇੱਕ ਇੱਕ ਲਾਈਨ ਕਰਕੇ ਇਸ ਗਾਣੇ ਨੂੰ। ਸਭ ਤੋਂ ਪਹਿਲਾਂ ਜਿਹੜਾ ਸ਼ੇਅਰ ਆਪਾਂ ਉਹ ਸਿੱਖਦੇ ਹਾਂ ਇਸ ਤਰ੍ਹਾਂ। ਨਸੀਬਾਂ ਨਾਲ
ਮਿਲਦਾ ਹਜ਼ੂਰੇ ਰੱਬ ਕੋਲ ਦਿਲ ਜਾਨੀ ਮੰਗਣਾ ਜ਼ਰੂਰੇ ਮੈਨੂੰ ਕੋਈ ਨਹੀਂ ਪਰਵਾਹ
ਦੇਖੋ ਪਰਵਾਹ ਕਰਦਾ ਮੈਨੂੰ ਕੋਈ ਨਹੀਂ ਪਰਵਾਹ ਹੁਣ ਕਰ ਲੈ ਜੋ ਵੀ ਹੋ ਸਕਦਾ ਮੈਂ ਫੜ ਲਈ ਤੇਰੀ ਬਾਹ ਮੈਂ ਫੜ ਲਈ ਤੇਰੀ ਬਾਹ ਮੈਂ ਲੋਕੋ ਪਹਿਲੀ ਇਸ਼ਕ ਦਾ ਮੈਨੂੰ ਕੋਈ ਨਹੀਂ ਪਰਵਾਹ ਹੁਣ ਕਰ ਲੈ ਜੋ ਵੀ ਹੋ ਸਕਦਾ ਮੈਂ ਫੜ ਲਈ ਤੇਰੀ ਬਾਹ ਤੂੰ ਇੱਥੋਂ ਹਿਲਣਾ ਕੋਈ ਨਾ ਤੂੰ ਇੱਥੋਂ ਹਿਲਣਾ ਤੂੰ ਇੱਥੋਂ ਹਿਲਣਾ ਕੋਈ ਨਾ ਤੇਰਾ ਦੁਖੜਾ ਤੇਰਾ ਦੁਖੜਾ ਸੁਣਨਾ ਕੋਈ ਨਾ ਤੂੰ ਇੱਥੋਂ ਹਿਲਣਾ ਕੋਈ ਨਾ ਤੇਰਾ ਮੁਖੜਾ ਸੁਣਨਾ ਕੋਈ ਨਾ ਸੁਣ ਕੁੜੀਏ ਮੇਰੇ ਹਾਲ ਦੀ ਮੇਰੇ ਵਰਗਾ ਮਿਲਣਾ ਕੋਈ ਨਾ ਸੁਣ ਕੁੜੀਏ ਸੁਣ ਕੁੜੀਏ ਮੇਰੇ ਸੁਣ ਕੁੜੀਏ ਮੇਰੇ ਸੁਣ ਕੁੜੀਏ ਮੇਰੇ ਆਣਦੀ ਮੇਰੇ ਵਰਗਾ ਮਿਲਣਾ ਮੇਰੇ ਵਰਗਾ ਮਿਲਣਾ ਕੋਈ ਨਾ ਮੇਰੇ ਵਰਗਾ ਮਿਲਣਾ ਕੋਈ ਨਾ ਤੇਰੇ ਪਿੱਛੇ ਮੈਨੂੰ ਇਹ ਸਾਰੀ ਹਯਾਤੀ ਵੀ ਥੋੜੀ ਲੱਗਦੀ ਸੋਹਣੀ ਲੱਗਦੀ ਓ ਮੈਨੂੰ ਸੋਹਣੀ ਲੱਗਦੀ ਤੇਰੇ ਪਿੱਛੇ ਮੈਨੂੰ ਇਹ ਸਾਰੀ ਹਯਾਤੀ ਵੀ ਥੋੜੀ ਲੱਗਦੀ ਤੇਰੇ ਪਿੱਛੇ ਮੈਨੂੰ ਇਹ ਸਾਰੀ ਹਯਾਤੀ ਵੀ ਥੋੜੀ ਲੱਗਦੀ ਸੋਹਣੀ ਲੱਗਦੀ ਓ ਮੈਨੂੰ ਸੋਹਣੀ ਲੱਗਦੀ ਸੋਹਣੀ ਲੱਗਦੀ ਓ ਮੈਨੂੰ ਸੋਹਣੀ ਲੱਗਦੀ ਤਾਂ ਆਈ ਹੋਪ ਕਿ ਤੁਹਾਨੂੰ ਇਹ ਗਾਣਾ ਜੋ ਹੈ ਉਹ ਹੁਣ ਸਮਝ ਆ ਗਿਆ ਹੋਏਗਾ ਕਿ ਹਾਰਮੋਨੀਅਮ ਤੈਨੂੰ ਕਿਸ ਤਰ੍ਹਾਂ ਵਜਾਉਣਾ ਹੈ ਤੇ ਜੇ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਕਿ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਫੇਸਬੁੱਕ ਗਰੁੱਪ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਅਗਰ ਤੁਸੀਂ ਕੋਈ ਗਾਣਾ ਸੁਜੈਸਟ ਕਰਨਾ ਚਾਹੁੰਦੇ ਹੋ ਮੈਨੂੰ ਤੁਸੀਂ ਉੱਥੇ ਗਾਣੇ ਸੁਜੈਸਟ ਕਰ ਸਕਦੇ ਹੋ ਮੈਂ ਬਹੁਤ ਸਾਰੇ ਲੋਕਾਂ ਦੀ ਰਿਕੁਐਸਟ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਅਤੇ ਅੱਗੇ ਵੀ ਕਰਦਾ ਰਹੂੰਗਾ ਆਈ ਹੋਪ ਕਿ ਤੁਹਾਨੂੰ ਮੇਰਾ ਚੈਨਲ ਜੋ ਹੈ ਉਹ ਪਸੰਦ ਆ ਰਿਹਾ ਹੈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਐਂਡ ਆਈਲ ਸੀ ਯੂ ਇਨ ਦ ਨੈਕਸਟ ਵੀਡੀਓ ਥੈਂਕ ਯੂ ਸੋ ਮੱਚ